ਤਸੀਮ ਕਹਿੰਦੇ ਕਿ ਮੈਂ ਆਲ ਰਾਊਂਡਰਾਂ ਦੀ ਰੁੱਤ ਆਈ ਹੈ, ਬੁਲਟ ਵੀ ਚਲਾ ਲੈਂਦੇ ਨੇ, ਅੱਜ ਬੁਲਟ ਤੇ ਆਉਣ ਦੀ ਖਾਸ ਵਜ੍ਹਾ। ਮੈਂ ਕਿਹਾ ਮੈਂ ਚਲਾਉਣਾ, ਕਹਿੰਦੇ ਨਹੀਂ ਮੈਂ ਚਲਾਉਣਾ। ਮੈਂ ਕਿਹਾ ਚਲੋ ਤੁਸੀਂ ਵੱਡੇ ਤੁਸੀਂ ਚਲਾ ਲਓ, ਟੌਸ ਟੂਸ ਤਾਂ ਨਹੀਂ ਕਰਨਾ ਪਿਆ? ਨਹੀਂ ਨਹੀਂ, ਬੁਲਟ ਪਿੱਛੇ ਰੌਲਾ ਪੈ ਗਿਆ। ਕੱਲ੍ਹ ਨੂੰ ਖੇਮ ਕਰਨ ਕੌਣ ਚਲਾਊਗਾ ਇਹ ਵੀ ਦੱਸ ਦਿਓ। ਹੁਣ ਖੇਮ ਕਰਨ ਦੇ ਲੋਕ ਚਲਾਉਣਗੇ, ਖੇਮ ਕਰਨ ਦੇ ਸਾਡੇ ਵੋਟਰ ਚਲਾਉਣਗੇ। ਮੇਰੀ ਟਿਕਟ ਵੀ ਲੇਟ ਆਈ ਹੈ, ਅੱਜ ਸੀਐਮ ਵੀ ਲੇਟ ਹੋ ਗਏ ਹੈ, ਕਾਫੀ ਲੇਟ ਹੋ ਗਏ। ਹੁਣ ਵਿਕਾਸ ਤਾਂ ਨਹੀਂ ਲੇਟ ਹੋਊਗਾ ਜੇ ਸਰਕਾਰ ਆਉਂਦੀ ਹੈ ਜਾਂ ਲੋਕੀ ਮੌਕਾ ਦਿੰਦੇ ਆ? ਦੇਖੋ ਟਿਕਟ ਵੀ ਲੇਟ ਹੋਈ, ਲੇਟ ਤਾਂ ਨਹੀਂ ਹੋਊਗਾ ਨਾ, ਮੈਂ ਕਾਹਦੇ ਲਈ ਲੇਟ ਹੋਊਗਾ। ਦੇਖੋ ਸੀਐਮ ਸਾਹਿਬ ਨੇ ਕਿਹਾ ਮੈਂ ਕੋਰੇ ਕਾਗਜ਼ ਤੇ ਸਾਈਨ ਕਰ ਦੂੰਗਾ, ਜੋ ਲਿਖਣਾ ਹੋਇਆ ਸੁਖਪਾਲ ਸਿੰਘ ਲਿਖ ਦੀ, ਜੋ ਮਰਜ਼ੀ ਕਰੀ ਚੱਲੇ। ਵੀ 20 ਦਿਨ ਤੇ 20 ਰਾਤਾਂ 'ਚ ਨਾ ਮੈਂ ਸੌਣਾ ਅਤੇ ਨਾ ਸੌਣ ਦੇਣਾ। ਸੋ ਅੱਜ ਉਹਦਾ ਰਿਜ਼ਲਟ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ। ਉਹ ਇੱਧਰ ਉੱਧਰ ਕੋਈ ਭੱਜ ਗਏ ਜਾਂ ਜੇ ਉਹ ਚੱਕਰ 'ਚ, ਉਹਨਾਂ ਨੂੰ ਬੇਨਤੀ ਵੀ ਵਾਪਸ ਆਓ, ਸਾਡਾ ਸਾਥ ਸਹਿਯੋਗ ਦਿਓ, ਇਹ 5 ਸਾਲ ਐਵੇਂ ਬਾਅਦ 'ਚੋਂ ਸ਼ਰਮਿੰਦਿਆਂ ਜਾਂ ਅੰਗੂ ਬਾਹਾਂ ਲਮਕਾ ਕੇ ਤੁਰੇ ਫਿਰਨਗੇ। ਚੋਣਾਂ 'ਚ ਸਿਰਫ 2 ਦਿਨ ਬਾਕੀ ਨੇ ਅਤੇ ਚੋਣ ਪ੍ਰਚਾਰ ਹਰ ਇੱਕ ਪਾਰਟੀ ਕਰ ਰਹੀ ਹੈ। ਅਸੀਂ ਖੇਮ ਕਰਨ ਖੜ੍ਹੇ ਹਾਂ ਅਤੇ ਸੁਖਪਾਲ ਭੁੱਲਰ ਹੋਰਾਂ ਦੇ ਹੱਕ ਦੇ ਵਿੱਚ ਅੱਜ ਕੰਪੇਨ ਕਰਨ ਆਏ ਸੀ ਸੀਐਮ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਨੇ। ਸੁਖਪਾਲ ਭੁੱਲਰ ਜੀ, ਸਵਾਗਤ ਹੈ ਜੀ ਪ੍ਰੋ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਭੁੱਲਰ ਸਾਹਿਬ, ਕਿਹੋ ਜਿਹਾ ਪ੍ਰਭਾਵ ਵੇਖਣ ਮਿਲਿਆ ਲੋਕਾਂ 'ਚ? ਦੇਖੋ ਅੱਜ 12 ਵਜੇ ਤੋਂ ਲੈ ਕੇ 7:30 ਵਜੇ ਤੱਕ ਕੋਈ ਵੀ ਬੰਦਾ ਜਿੰਨੇ ਆਏ ਸੀ ਹੋਰ ਜੁੜਦੇ ਗਏ, ਇੱਕ ਵੀ ਸਾਡਾ ਸਾਥੀ ਜਿਹੜਾ ਵਾ ਉਹ 7-8 ਘੰਟਿਆਂ ਦੀ ਉਡੀਕ ਕਰਨ ਤੋਂ ਬਾਅਦ ਵੀ ਕੋਈ ਸਾਡਾ ਭਰਾ ਗਿਆ ਨਹੀਂ ਗਾ, ਜਿੰਨਾ ਚਿਰ ਤੱਕ ਚੰਨੀ ਸਾਹਿਬ ਦੀ ਗੱਲ ਨਹੀਂ ਸੁਣ ਲਈ, ਚੰਨੀ ਸਾਹਿਬ ਨਾਲ ਜਿਹੜਾ ਉਹਨਾਂ ਨੇ ਰੂਬਰੂ ਨਹੀਂ ਹੋਲੇ। ਇੱਕ ਸੀਐਮ ਕਹਿੰਦੇ ਕਿ ਮੈਂ ਆਲ ਰਾਊਂਡਰਾਂ ਦੀ ਰੁੱਤ ਆਈ ਹੈ, ਬੁਲਟ ਵੀ ਚਲਾ ਲੈਂਦੇ ਨੇ, ਅੱਜ ਬੁਲਟ ਤੇ ਆਉਣ ਦੀ ਖਾਸ ਵਜ੍ਹਾ? ਮੈਂ ਕਿਹਾ ਮੈਂ ਚਲਾਉਣਾ, ਕਹਿੰਦੇ ਨਹੀਂ ਮੈਂ ਚਲਾਉਣਾ। ਮੈਂ ਚਲੋ ਤੁਸੀਂ ਵੱਡੇ ਤੁਸੀਂ ਚਲਾ ਲਓ, ਟੌਸ ਟੂਸ ਤਾਂ ਨਹੀਂ ਕਰਨਾ ਪਿਆ? ਨਹੀਂ ਨਹੀਂ, ਉਹ ਫਿਰ ਵੱਡਿਆਂ ਦਾ ਵੱਡੇ ਭਰਾ ਵਾ, ਨਾਲੇ ਸਾਡੇ ਸਤਿਕਾਰਯੋਗ ਆ, ਫਿਰ ਅਸੀਂ ਉਹਨਾਂ ਨੂੰ ਦਿੱਤਾ। ਮੈਨੂੰ ਸੀਗਾ ਵੀ ਚਲੋ ਇੱਕ ਵਾਰੀ ਸਾਰੇ ਬਾਹਰ ਖਿਲਰੇ ਖੁਲਰੇ ਫਿਰਦੇ ਉਹ ਗੇੜਾ ਜਿਹਾ ਮਾਰਨਗੇ ਅਤੇ ਲੋਕਾਂ 'ਚ ਇੱਕ ਜੋਸ਼ ਅਤੇ ਉਤਸ਼ਾਹ ਆਜੂਗਾ ਔਰ ਸਾਰੇ ਇਕੱਠੇ ਹੋ ਕੇ ਅੰਦਰ ਜਿਹੜਾ ਪੰਡਾਲ 'ਚ ਆ ਜਾਂਗੇ। ਬੁਲਟ ਪਿੱਛੇ ਰੌਲਾ ਪੈ ਗਿਆ, ਕੱਲ੍ਹ ਨੂੰ ਖੇਮ ਕਰਨ ਕੌਣ ਚਲਾਊਗਾ ਇਹ ਵੀ ਦੱਸ ਦਿਓ। ਹੁਣ ਖੇਮ ਕਰਨ ਦੇ ਲੋਕ ਚਲਾਉਣਗੇ, ਖੇਮ ਕਰਨ ਦੇ ਸਾਡੇ ਵੋਟਰ ਚਲਾਉਣਗੇ। ਜਿਵੇਂ ਗੱਲ ਪੁੱਛਾਂ, ਜਿਵੇਂ ਗੱਲ ਕੀਤੀ ਹੈ ਉਹਨਾਂ ਨੇ ਕਿ ਨਵਿਆਂ ਦੀ ਰੁੱਤ ਆਈ ਹੈ, ਟਾਰਗੇਟ ਆਪਣੇ ਵਿਰੋਧੀਆਂ ਨੂੰ ਕੀਤਾ ਜਾ ਰਿਹਾ, ਪਰ ਵੋਟਰਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਹੈਗਾ, ਗਰਾਊਂਡ 'ਤੇ ਕੀ ਹੈ? ਉਹ ਗਰਾਊਂਡ ਦੇ ਵਿੱਚ ਜਿਸ ਦਿਨ ਟਿਕਟ ਮਿਲ ਕੇ 1 ਤਰੀਕ ਨੂੰ, ਕਿਉਂਕਿ ਅਸੀਂ ਤਾਂ 5 ਸਾਲਾਂ ਤੋਂ ਕੀ ਅੱਜ ਐਤਕੀ ਜਦੋਂ ਦਾ ਅੱਤਵਾਦ ਦਾ ਦੌਰ ਖਤਮ ਹੋਇਆ, ਪਹਿਲੋਂ ਪਿਤਾ ਜੀ ਨੇ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜੀ ਔਰ 7ਵੀਂ ਉਹ ਅਤੇ 8ਵੀਂ ਜਿਹੜੀ ਆ ਅੱਜ ਅਸੀਂ ਇਲੈਕਸ਼ਨ ਲੜਨ ਜਾ ਰਹੇ। ਸੋ ਕੋਈ ਨਵੀਂ ਚੀਜ਼ ਸਾਡੇ ਲਈ ਨਹੀਂ ਹੈਗੀ ਵੀ ਕੋਈ ਇਲੈਕਸ਼ਨ ਲੜਨੀ ਜਾਂ ਕੋਈ ਇਹੋ ਜਿਹੀ ਗੱਲ। 30-35 ਸਾਲਾਂ ਤੋਂ ਹਮੇਸ਼ਾ ਹੀ ਇੱਥੋਂ ਦੇ ਲੋਕਾਂ ਨੇ ਆਪਦਾ ਆਸ਼ੀਰਵਾਦ ਆਪਦਾ ਪਿਆਰ ਦੇ ਕੇ ਸਾਨੂੰ ਸਾਡੇ ਨਾਲ ਚਟਾਨ ਵਾਂਗੂ ਖੜੇ ਰਹੇ, ਜਿੱਤਾਂ ਨਾ ਚਲੋ ਪਰਮਾਤਮਾ ਦੇ ਹੱਥ ਦੇ ਵਿੱਚ ਆ। ਔਰ ਐਤਕੀ ਦੂਜੀ ਵਾਰੀ ਜਿਹੜੀ ਆ ਐਤਕੀ ਮੈਂ ਇਲੈਕਸ਼ਨ ਲੜਨ ਜਾ ਰਿਹਾ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੋ ਵੇਖਣ ਨੂੰ ਲੱਗਦਾ, 1 ਤਰੀਕ ਨੂੰ ਜਿੱਦਣ ਕੰਪੇਨ ਦਾ ਪ੍ਰਚਾਰ ਸ਼ੁਰੂ ਕੀਤਾ ਸੀ, ਮੈਂ ਉਸ ਦਿਨ ਹੀ ਸਾਰੇ ਭਰਾਵਾਂ ਨੂੰ ਆਪਦਿਆਂ ਨੂੰ ਬੇਨਤੀ ਕੀਤੀ ਸੀ ਵੀ 20 ਦਿਨ ਅਤੇ 20 ਰਾਤਾਂ 'ਚ ਨਾ ਮੈਂ ਸੌਣਾ ਅਤੇ ਨਾ ਸੌਣ ਦੇਣਾ। ਸੋ ਅੱਜ ਉਹਦਾ ਰਿਜ਼ਲਟ ਜਿਹੜਾ ਵਾ ਵੇਖਣ ਨੂੰ ਮਿਲ ਰਿਹਾ ਔਰ ਗੁਰੂ ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਨੇ 2 ਦਿਨਾਂ ਜਿਹੜੇ ਰਹਿ ਗਏ ਆ ਉਹਦੇ ਵਿੱਚ ਇਹੋ ਜਿਹਾ ਮਾਹੌਲ ਔਰ ਜਿਹੜੇ ਸਾਡੇ ਕੋਈ ਲੋਕ ਸਾਡੇ ਜਿਹੜੇ ਕੰਮ ਕੁੰਮ ਛੱਡ ਕੇ ਲੈ ਕੇ ਸਾਨੂੰ ਛੱਡ ਕੇ ਗਏ ਆ, ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਸਾਡੇ ਦਰਵਾਜ਼ੇ 20 ਤਰੀਕ ਤੱਕ ਖੁੱਲ੍ਹੇ ਆ ਭਰਾਓ। ਐਵੇਂ ਕੀ ਕਹਿੰਦੇ ਹੁੰਦੇ, ਵੇਖੋ ਵੇਖੀ ਜਿਵੇਂ ਨਹੀਂ ਹੁੰਦਾ, ਉਹ ਇੱਧਰ ਉੱਧਰ ਕੋਈ ਭੱਜ ਗਏ ਜਾਂ ਜੇ ਉਹ ਚੱਕਰ 'ਚ, ਉਹਨਾਂ ਨੂੰ ਬੇਨਤੀ ਵੀ ਵਾਪਸ ਆਓ, ਸਾਡਾ ਸਾਥ ਸਹਿਯੋਗ ਦਿਓ, ਨਹੀਂ ਤਾਂ 5 ਸਾਲ ਐਵੇਂ ਬਾਅਦ 'ਚੋਂ ਸ਼ਰਮਿੰਦਿਆਂ ਜਾਂ ਅੰਗੂ ਬਾਹਾਂ ਲਮਕਾ ਕੇ ਤੁਰੇ ਫਿਰਨਗੇ। ਮੈਂ ਸੁਣ ਰਿਹਾ ਸੀ ਤੁਹਾਨੂੰ, ਤੁਸੀਂ ਕਹਿ ਰਹੇ ਸੀ ਕਿ ਮੇਰੀ ਟਿਕਟ ਵੀ ਲੇਟ ਆਈ ਹੈ, ਅੱਜ ਸੀਐਮ ਵੀ ਲੇਟ ਹੋ ਗਏ ਹੈ, ਕਾਫੀ ਲੇਟ ਹੋ ਗਏ। ਹੁਣ ਵਿਕਾਸ ਤਾਂ ਨਹੀਂ ਲੇਟ ਹੋਊਗਾ ਜੇ ਸਰਕਾਰ ਆਉਂਦੀ ਹੈ ਜਾਂ ਲੋਕੀ ਮੌਕਾ ਦਿੰਦੇ ਆ? ਦੇਖੋ ਟਿਕਟ ਵੀ ਲੇਟ ਹੋਈ ਮਿਲੀ, ਸੀਐਮ ਸਾਹਿਬ ਵੀ ਲੇਟ ਹੋਏ ਪਰ ਆਏ, ਵਿਕਾਸ ਵੀ ਕੀਤਾ ਤੇ ਵਿਕਾਸ ਵੀ ਕਰਾਵਾਂਗੇ। ਲੇਟ ਤਾਂ ਨਹੀਂ ਹੋਊਗਾ ਨਾ, ਮੈਂ ਕਾਹਦੇ ਲਈ ਲੇਟ ਹੋਊਗਾ? ਚਲੋ ਵਿਕਾਸ ਦੀ ਗੱਲ ਆਪਾਂ ਕੀਤੀ ਹੈ, ਤੁਸੀਂ ਕਿਹਾ ਲੇਟ ਨਹੀਂ ਹੋਊਗਾ ਵਿਕਾਸ, ਕੋਈ ਗੱਲ ਹੋਈ ਹੈ ਖੇਮ ਕਰਨ ਬਾਰੇ? ਖੇਮ ਕਰਨ ਦੇ ਬੜੇ ਮੁੱਦੇ ਨੇ, ਕੋਈ ਸੀਐਮ ਦੇ ਨਾਲ ਗੱਲ ਹੋਈ ਹੈ ਜੇ ਸਰਕਾਰ ਆਉਂਦੀ ਹੈ ਕੀ ਦਿਓਗੇ, ਕੋਈ ਮੰਗ ਰੱਖੀ ਹੈ? ਦੇਖੋ ਸੀਐਮ ਸਾਹਿਬ ਨੇ ਕਿਹਾ ਮੈਂ ਕੋਰੇ ਕਾਗਜ਼ 'ਤੇ ਸਾਈਨ ਕਰ ਦੂੰਗਾ, ਜੋ ਲਿਖਣਾ ਹੋਇਆ ਸੁਖਪਾਲ ਸਿੰਘ ਲਿਖ ਦੀ, ਜੋ ਮਰਜ਼ੀ ਕਰੀ ਚੱਲੇ। ਕੀ ਲਿਖੋਗੇ ਫਿਰ ਸਾਨੂੰ ਵੀ ਦੱਸ ਦਿਓ। ਅਸੀਂ ਤਾਂ ਵਿਕਾਸ ਕਰਾਂਗੇ ਸਾਰਾ, ਡਿਵੈਲਪਮੈਂਟ ਸਾਡਾ। ਦੇਖੋ ਇਲਾਕਾ ਬੜਾ ਪਿਛੜਾ ਆ, ਪਿਛਲੇ 10 ਸਾਲਾਂ 'ਚ ਕਿਸੇ ਨੇ ਕਿੱਟ ਨਹੀਂ ਲਾਈ, ਅੱਜ ਤੁਸੀਂ ਪਿੰਡਾਂ 'ਚ ਜਾ ਕੇ ਵੇਖੋ ਇੰਟਰਲੋਕ ਦੇ ਸਾਰੇ ਪਿੰਡ ਪੱਕੇ ਕੀਤੇ, ਸੂਹੇ ਸਾਡੇ ਪੱਕੇ, ਪਾਣੀ ਪੁਣ ਬੜਾ ਕੁਛ ਅਸੀਂ ਕੀਤਾ ਔਰ ਬੜਾ ਕੁਛ ਅਸੀਂ ਕਰਨਾ ਚਾਹੁੰਦੇ ਹਾਂ ਔਰ ਲੋਕ ਜਿਹੜੇ ਆ ਇਸ ਇਲੈਕਸ਼ਨ ਦੇ ਵਿੱਚ ਇਹ ਚੀਜ਼ ਨੂੰ ਸਮਝ ਰਿਹਾ
ਨਹੀਂ ਤਾਂ ਐਵੇਂ ਕੋਈ ਛਾਲ ਮਾਰ ਕੇ ਇੱਧਰ ਭੱਜ ਜਾਂਦਾ ਹੈ ਉੱਧਰ ਭੱਜ ਜਾਂਦਾ ਹੈ, ਲੋਕ ਵੇਖ ਰਹੇ ਵੀ ਯਾਰ ਕੰਮ ਕੀਤਾ ਵਾ। ਸੜਕਾਂ ਵੇਖੋ, 4 ਲੇਨ ਸੜਕਾਂ ਸਾਡੀਆਂ ਬਣੀਆਂ, 3 ਸਾਡੀਆਂ ਪ੍ਰਮੁੱਖ ਸੜਕਾਂ, ਅੰਮ੍ਰਿਤਸਰ ਖੇਮਕਰਨ ਤੋਂ ਸਾਡੀ ਤਰਨ ਤਾਰਨ ਔਰ ਸਾਡੀ ਆਪਣੀ ਖਾਲੜੇ ਤੋਂ ਸਾਡੀ ਹਰੀਕੇ, ਕਿਉਂਕਿ ਬਿਲਕੁਲ ਬਾਰਡਰ ਦਾ ਏਰੀਆ, 3 ਸਾਈਡਾਂ ਦਾ ਸਾਡੇ ਬਾਰਡਰ ਪੈਂਦਾ, 3 ਅਸੀਂ ਚੌੜੀਆਂ ਵੱਡੀਆਂ ਅਸੀਂ ਕਰਾਈਆਂ, ਕਿਉਂਕਿ ਆਵਾਜਾਈ ਦੇ ਸਾਧਨ ਕੋਈ ਇਹੋ ਜਿਹੀ ਘਟਨਾ ਵਾਪਰੇ। ਸੋ ਵਿਕਾਸ ਹਰ ਲੈਵਲ ਦੇ ਉੱਤੇ, ਐਜੂਕੇਸ਼ਨ ਲਈ ਵਲਟੋਏ, ਅਸੀਂ ਕਾਲਜ ਬਣਾਇਆ, ਸੀ ਪੈਟ ਕੀਤਾ, ਮਤਲਬ ਇੰਨਾ ਕੁਛ ਜਿਹੜਾ ਵਾ ਉਹ ਕੀਤਾ, ਗਾਂਹ ਵੀ ਕਰਾਂਗੇ ਸਾਰਾ ਸਿਸਟਮ ਦੇ ਨਾਲ। ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਸੀਗੇ ਸੁਖਪਾਲ ਸਿੰਘ ਭੁੱਲਰ, ਉਮੀਦਵਾਰ ਨੇ ਖੇਮਕਰਨ ਤੋਂ ਕਾਂਗਰਸ ਦੇ, ਅਤੇ ਕਹਿ ਰਹੇ ਨੇ ਕਿ ਵਿਕਾਸ ਦੀ ਰਫ਼ਤਾਰ ਜਿਹੜੀ ਪਹਿਲਾਂ ਵੀ ਤੇਜ਼ ਹੀ ਰਹੀ ਹੈ ਅਤੇ ਹੁਣ ਵੀ ਵਿਕਾਸ ਆਊਗਾ, ਬੇਸ਼ੱਕ CM ਲੇਟ ਹੋ ਗਏ, ਮੇਰੀ ਟਿਕਟ ਲੇਟ ਹੋ ਗਈ, ਪਰ ਵਿਕਾਸ ਲੇਟ ਨਹੀਂ ਹੋਊਗਾ, ਅਜਿਹਾ ਵਾਅਦਾ ਇਹ ਕਰ ਰਹੇ ਨੇ। ਪਰ ਲੋਕ ਯਕੀਨ ਕਰਨਗੇ ਜਾਂ ਨਹੀਂ ਕਰਨਗੇ ਇਹ ਪਤਾ ਲੱਗੂਗਾ 10 ਮਾਰਚ ਨੂੰ। ਕੈਮਰਾਮੈਨ ਬਲਜਿੰਦਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਖੇਮਕਰਨ।